ਫਾਇਦੇ ਦਿੱਤਾ। ਪੰਜਵਾਂ ਮੈਚ ਖੇਡਿਆ ਜਾ ਰਿਹਾ ਹੈ। ਕੱਲ੍ਹ ਭਗਵਾਨ ਦੀ ਜੋ ਮੇਰੀ ਡਾਇਰੈਕਟਰ ਨੇ ਡਾਕਟਰ ਵੇਕਾਰ ਸਿਵਲ ਵਰਲਡ ਵਰਲਡ ਕੱਪ ਦੇ ਪੰਜਾਬ ਦੀ ਮਾਂ ਖੇਡ ਕਬੱਡੀ ਦਾ ਬਹੁਤ ਵੱਡਾ ਚਿਹਰਾ ਡਾਕਟਰ ਭਗਵਾਨ ਮਾਂ ਸਾਡੇ ਸਲਾਹ ਕਿਹਾ हो चुकी है। अधे समय तो बाद अलेजेंड्रो अलेजेंड्रो मार्टिन रेड कर ली अगे बढ़िया अर्जेंटीना ने बनो अच्छा जिना मुकाबला है वो देखने को मिला। जिस तरह पिछले क्वार्टर से उम्मीद है कि अगे भी आएगा खिलाड़ी टच किया जै चेंज रोकने का जो इशारा है वो दिता गया जसवीर सिंह द्वारा और अंत जुड़ता गया अर्जेंटीना ने खाते में अगली रेड पाने के लिए रानी खिलाड़ी अगे बाद आ गया बेहना बेनाम अगे बाद आ गया और प्यारो स्टॉपर ने प्यार ने अर्जेंटीना ने शुरुआत हो चुकी है। इस टीम वालों अच्छे श्री मार्कोस ने पकड़ने की कोशिश की थी लेकिन मेरा अंक है वो ईरान के खाते जोड़ते हुए ब्रूनो अगली रेड लैके अगे बाद आ गया। छेवें वर्ल्ड कप के ईरान की टीम है जी बहुत बड़ी ताकत वजह उभरी है कबड्डी के खेत्र के लिए। पांचवें वर्ल्ड कप के विजय स्थान दे गया ईरान बरनाले के लिए टीम ने इंग्लैंड को हराया थी। इस बार बहुत मजबूत दावेदार बन के ईरान मैदान के उतरे है जिन्हें बड़ी बढ़त बना ली इस मुकाबले ब्रूनो की पहली कबड्डी के उत्ते पॉइंट जो इस समय स्टॉपर के वास्ते ईरान की टीम के लिए जुड़ता हो दर्शकों का बड़ा उत्साह। अगली रेड पाने वास्ते सैयद इस समय सैयद भारने जुस्से वाला खिलाड़ी संदीप लुद्र वाला शरीर है बहुत जरा चाहता है नजर बिना किसी मुकाबले तो कोई सख्त मुकाबला करे बिना पहुंच लेके सुखलड़ा अपने पाले पकता हो। अगली रेड नहूले नहूले अगली रेड पाने वास्ते नाल बड़ी निकल रही अगर बढ़िया हो रहा बड़ी तेजी के नोटी टच करके नौजवान एक अंक का होर वाधा करता हो अपनी टीम के लिए। अगली रेड मिलजम ईरान की टीम का खिलाड़ी मिलजम अगली रेड पाने लिए फिर मैदान वाधा हो बहुत बड़े अंदाज और दूसरे पास टुकू का मुकाबला हो टुकू टच करके मिलजम ईरानी खिलाड़ी ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਨੈਸ਼ਨਲ ਸ਼ਾਇਦ ਕਬੱਡੀ ਦੇ ਵਿੱਚ ਇੱਥੇ ਬਹੁਤ ਵੱਡਾ ਨਾਮ ਹੈ ਰਾਮ ਦਾ ਉੱਥੇ ਸਰਕਲ ਸ਼ਾਇਦ ਕਬੱਡੀ ਦੇ ਵਿੱਚ ਹੀ ਪੰਜਾਬ ਸਰਕਾਰ ਦੀ ਦੌਲਤ ਕਰਵਾਏ ਜਾ ਰਹੇ ਵੱਡ ਕਮਾਂ ਦੇ ਵਿੱਚ ਪਹਿਚਾਣ ਬਣਾ ਲਈ ਹੈ ਕੀਲੇ ਅਗਲੀ ਰੇਡ ਪਾਉਂਦਾ ਹੋਇਆ ਦੂਸਰੇ ਪਾਸੇ ਮੁਸਤਫਾ ਦੇ ਨਾਲ ਮੁਕਾਬਲਾ ਹੋਇਆ ਹੈ ਇਹ ਪੁਆਇੰਟ ਜਿਹੜਾ ਕੀਲੇ ਇਸ ਸਮੇਂ ਜੋੜਨ ਦੀ ਕੋਸ਼ਿਸ਼ ਕਰਦਾ ਪਰ ਰਾਮ ਦੇ ਜਿਹੜੇ ਸ਼ੌਪਰ ਨੇ ਉਹਨੇ ਪੂਰਾ ਤਾਲਮੇਲ ਬਣਾਇਆ ਹੈ ਮੈਚ ਦੇ ਵਿੱਚ ਕਿਹੜੀ ਪੂਰੀ ਆਪਣੀ ਵਰਤ ਬਣਾਈ ਹੋਈ ਹੈ ਪੁਆਇੰਟ ਜਿਹੜਾ ਇਸ ਸਮੇਂ ਇਸ ਨੌਜਵਾਨ ਜਾਫੀ ਦੇ ਵਾਸਤੇ ਅਗਲੀ ਕਬੱਡੀ ਪਾਉਣ ਦੇ ਵਾਸਤੇ ਫਿਰ ਇਰਾਨ ਦੀ ਟੀਮ ਵੱਲੋਂ ਅੱਗੇ ਵੱਧ ਰਿਹਾ ਹੈ ਇਹ ਨੌਜਵਾਨ ਬਹੁਤ ਵਧੀਆ ਬੜੇ ਆਤਮ ਵਿਸ਼ਵਾਸ ਦੇ ਨਾਲ ਖੇਡਦਾ ਹੈ ਇਰਾਨ ਇਸ ਮੁਕਾਬਲੇ ਨੂੰ ਦਾ ਮੁਹੰਮਦ ਹੁਸਾਦਾ ਇਸ ਸਮੇਂ ਕਬੱਡੀ ਪਾ ਕੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਇਰਾਨ ਦੀ ਟੀਮ ਦੇ ਲਈ ਅਗਲੀ ਕਬੱਡੀ ਕਾਇਓ ਬਹੁਤ ਵਧੀਆ ਕਾਇਓ ਇਸ ਸਮੇਂ ਕਬੱਡੀ ਪਾ ਰਿਹਾ ਹੈ ਕੋਈ ਤੇਜ਼ੀ ਨਾਲ ਟੱਚ ਕਰਕੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਨ ਦੇ ਲਈ ਕਾਮਯਾਬ ਰਿਹਾ। ਇਰਾਨ ਦੇ 44 ਨੰਬਰ ਹੋ ਚੁੱਕੇ ਨੇ ਅਰਜਨਟੀਨਾ ਦੇ 15 ਨੰਬਰ ਨੇ ਅਗਲੀ ਵੱਡੀ ਮੈਦਾਨ ਦੇ ਵਿੱਚ ਫਿਰ ਆਪਾਂ ਦੇਖਾਂਗੇ ਵੀ ਇਸ ਸਮੇਂ ਇਰਾਨ ਦੀ ਟੀਮ ਦਾ ਖਿਡਾਰੀ ਪਾਉਣ ਦੇ ਲਈ ਅੱਗੇ ਵੱਧ ਵਾਧਾ ਹੋਇਆ। ਦੂਸਰੇ ਪਾਸੇ ਚਾਰ ਜਾਫੀ ਬੜੇ ਸੋਹਣੇ ਸਰੀਰ ਤੇ ਸਰੀਰਾਂ ਦੇ ਕਰਵਾਏ ਹੋਏ ਟੈਟੂ ਨਾ ਮੁਕਾਬਲਾ ਇਹ ਇਸ ਸਮੇਂ ਮਾਰਕੋ ਜਿਹੜਾ ਹੁੰਦਾ ਹੋਇਆ ਮਾਰਕੋ ਕੋਸ਼ਿਸ਼ ਕਰਦਾ ਹੋਇਆ ਪਰ ਪੁਆਇੰਟ ਮੇਜ਼ਮ ਆਪਣੀ ਟੀਮ ਦੇ ਲਈ ਜੋੜਨ ਦੇ ਵਿੱਚ ਕਾਮਯਾਬ ਰਿਹਾ। ਕਬੱਡੀ ਦੇ ਪ੍ਰੇਮੀ ਬੜੇ ਦੇ ਦੀਵਾਨੇ ਜੋ ਸਵੇਰ ਤੋਂ ਆਨੰਦ ਲੈ ਰਹੇ ਨੇ ਮੁਕਾਬਲੇ ਦਾ ਐਗਜ਼ਲੈਂਡਰੋ ਫਿਰ ਰੇਡ ਪਾਉਣ ਦੇ ਲਈ ਵਾਧਾ ਹੋਇਆ। ਇਸ ਵਿੱਚ ਕਪਤਾਨ ਹੈ ਨੌਜਵਾਨ ਅਰਜਨਟੀਨਾ ਦੀ ਟੀਮ ਦਾ ਖਿਡਾਰੀ ਅਰਜਨਟੀਨਾ ਦੇ ਜੋ ਦੇਸ਼ ਹੈ ਜਿਹੜਾ ਹਰ ਸਾਰਾ ਸਾਲ ਵਰਤਦੇ ਨਾਲ ਟਕਿਆ ਰਹਿੰਦਾ ਹੈ ਔਰ ਉਸ ਦੇਸ਼ ਦੇ ਖਿਡਾਰੀ ਇਸ ਮਿੱਟੀ ਵਾਲੀ ਖੇਡ ਨੂੰ ਅਪਣਾ ਰਹੇ ਨੇ ਮਿਹਨਤ ਕਰਕੇ ਮੈਦਾਨ ਦੇ ਵਿੱਚ ਪੁੱਜੇ ਨੇ ਹੌਲੀ ਹੌਲੀ ਕਬੱਡੀ ਦੇ ਵਿੱਚ ਅੱਗੇ ਵੱਧ ਰਹੇ ਨੇ ਔਰ ਦੂਸਰੇ ਪਾਸੇ ਇਸ ਵਿੱਚ ਕਪਤਾਨ ਦਾ ਲੱਗਿਆ ਹਜ਼ਫਾ ਇਹ ਨੌਜਵਾਨ ਇਸ ਵਿੱਚ ਕੋਸ਼ਿਸ਼ ਕਰਦਾ ਹੋਇਆ ਬਹੁਤ ਵਧੀਆ ਰੱਖ ਰਹੇ ਦੀ ਰਾਮ ਦੀ ਟੀਮ ਦਾ ਹੈ ਕਿ ਸ਼ਾਂਤੀ ਵਿੱਚ ਵੱਧ ਹੋਵੇ ਦੁਨੀਆ ਫਿਰ ਭੁੱਖੀ ਸਰਨਾਵਾ ਅਜੀਬ ਰਾਜ ਹੈ ਜਿਹਦੇ ਕੋਲ ਜਮ ਗਿਆ ਮਾਵਾ ਅਜੀਬ ਰਾਜ ਹੈ ਜਿਹਦੇ ਕੋਲ ਜਮ ਗਿਆ ਮਾਵਾ। ਅਗਲੀ ਰੇਡ ਮੈਦਾਨ ਦੇ ਵਿੱਚ ਫਿਰ ਨੌਜਵਾਨ ਸਮੇਂ ਪਾਉਣ ਦੇ ਲਈ ਵਧਿਆ ਹੋਇਆ ਰਾਮ ਦੀ ਟੀਮ ਦਾ ਖਿਡਾਰੀ ਬਹੁਤ ਵਧੀਆ ਇੱਕ ਅੰਕ ਹੋਰ
अपनी टीम के हिस्से जोड़ता हुआ ग्राम के रूनो आदमीना भी किया खिलाड़ी मोड़े उत्ते पट्टा बढ़िया हुआ है कदर आले बाह हौसले बुलंद है कबड्डी 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 चलता हुआ इस मैदान के विवादा है दूसरे पास कुछ आता है नौजवान जाती कोई मौका नहीं दे रहा अपने विरोधी और दूसरे पास ईरान की कबड्डी के बीच बहुत अगे बढ़े हैं बड़े तजर्बे जो खेल के अमरीकिया ने बड़ी छेती बनाया ने ईरान के खिलाड़ियों ने एक बहुत जो है वास्ते जुड़ चुका है अगली रेड पाने वास्ते फिर बहुत बड़े अंदाज इस मुहम्मद अगे वाल बढ़ता है मुहम्मद के पूरे दरम्यान मुकाबला चलता हुआ मुहम्मद ईरान की टीम का खिलाड़ी पिंड के हाथ में कर दे रहा कोई मौका नहीं दे रहा अपने ग्रुपी पॉइंट जो है इस समय इस नौजवान धावी दे रही अगली रेड फेमस पाउंड दे रही अगर तीना भी नहीं बनो अगे बार बढ़ गया है फेमस की पेशी कबड्डी दूसरे पास से जासी कोशिश कर रहा है टीम भी कद बढ़ता हुआ लव फड़े के गुट सामने हरवंत सूरी बाबू नौजवान ने पकड़ जी मजबूत कर ली है कोई मौका नहीं दिता जा रहा इस समय इस नौजवान धावी नजे खलो घेरता हुआ पर पॉइंट जो है अर्जेंटीना की टीम देरी बड़ा जानदार पॉइंट इस नौजवान ने अपनी टीम के हिस्से जोड़े है दर्शकों ने जितने भी जितने थान लगी है आज ऐन खतर खन पाया है शहीद ऊधम सिंह खेल स्टेडियम है बैठे ने बहनाम की बही कबड्डी बहना बहुत बढ़िया इस समय मार्को जो मुकाबला करता हुआ बहन ईरानी खिलाड़ी पॉइंट लेके वापस आता है अपनी टीम के लिए अगली रेड पाउंड के वास्ते फिर यह नौजवान इस समय ਇਲੇ ਇਲੇ ਅਗਲੀ ਕਬੱਡੀ ਪਾ ਰਿਹਾ ਹੈ ਅਰਜਨਟੀਨਾ ਦੀ ਟੀਮ ਵੱਲੋਂ ਇਲੇ ਦੀ ਪਹਿਲੀ ਕਬੱਡੀ ਤੇ ਆਮਿਰ ਆਮਿਰ ਬਾਗ ਬਣਿਆ ਪੁਆਇੰਟ ਦੇ ਰਿਹਾ ਹੈ ਇਰਾਮ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਆਮਿਰ ਦੇ ਲਈ ਅਗਲੀ ਰੇਡ ਫਿਰ ਫਿਰ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਮੈਂ ਤਾਂ ਕਬੱਡੀ ਪਾ ਰਿਹਾ ਇਰਾਮ ਦਾ ਖਿਡਾਰੀ ਹੁਣ ਦੇਖਾਂਗੇ ਕਿਹੜਾ ਜਾਫੀ ਕੋਸ਼ਿਸ਼ ਕਰੇਗਾ ਲੋਫਤ ਕੇ ਨੌਜਵਾਨ ਨੇ कोशिश की है तो पूरे बार पॉइंट मेजम के हिस्से जा जुड़े हैं ईरान की टीम के लिए ईरान ने की टीम के मेजम ने भी अच्छा शानदार प्रदर्शन किया है अगली रेड कप्तान की अर्जेंटीना की टीम वालों कप्तान कबड्डी पाउंड के वास्ते अगे वाल बढ़ता हुआ कप्तान की कबड्डी दूसरे पास तैयार हो जाफी प्यार और प्यार ने और दूसरे पास नौजवान बात के फिर कोशिश करता हुआ कोई मौका नहीं दे रहा इस समय भाई दहे कप्पे खुद है पाप तुम जी जवानी नाम दे बेटे राम जी की बेटो की दीपे सिंह बड़ी दिमाग ला पढ़िया गया ने अदे दूर हो गए ने ये पॉइंट जो है इस समय स्टॉप पर रहे थे याद है राम ने 53 पॉइंट हो चुके ने अर्जेंटीना ने 16 ने और अगली रेड फिर मैदान के शायद अर्जेंट राम जी की का खिलाड़ी शायद इस समय कबड्डी पा रहे हैं ਹੁਣ ਵੇਖਾਂਗੇ ਕੌਣ ਮੁਕਾਬਲਾ ਕਰੇਗਾ ਇਸ ਨੌਜਵਾਨ ਖਿਡਾਰੀ ਦੇ ਨਾਲ ਬਿਲਕੁਲ ਤਿਆਰ ਬਰ ਤਿਆਰ ਰਾਤ ਦੇ ਵਿੱਚ ਇਹ ਨੌਜਵਾਨ ਸਾਈਦ ਪੁਆਇੰਟ ਲੈ ਕੇ ਬਾਪ ਜਾਂਦਾ ਹੈ ਮਿੱਟੀ ਦੇ ਲਈ ਮੇਰੇ ਜੀ ਦਿਖਾਏ ਸਭ ਨੂੰ ਮੋਢੇ ਤੇ ਬਿਠਾ ਕੇ ਮੈਂ ਹਰ ਇੱਕ ਜਿੱਤ ਸਾਡੀ ਦਿੱਤੀ ਸਾਹਿਬ ਬੁਲਾ ਕੇ ਲੈ ਹੁਣ ਤੇ ਰੁਮਾਲ ਤੇ ਖਾਉਣ ਦੇ ਹੋ ਗਿਆ ਬਾਪੂ ਮੇਰੇ ਕਰਕੇ ਕਮਾਉਣ ਦੇ ਹੋ ਗਿਆ ਕਾਰ ਨਾਲ ਜ਼ਿੰਦਗੀ ਜਿਉਣ ਦੇ ਹੋ ਗਿਆ ਕਾਰ ਨਾਲ ਜ਼ਿੰਦਗੀ ਜਿਉਣ ਦੇ ਹੋ ਗਿਆ ਸਾਡਾ ਵੀਰ ਮੁਰਮੀ ਅਲੀ ਸ਼ੇਰ ਉਸ ਨੂੰ ਇੰਟਰਵਿਊ ਹੈ ਪੰਜਾਬੀ ਦਾ ਪ੍ਰਸਿੱਧ ਸਿੰਗਰ ਜੋ ਇਸ ਦੁਨੀਆ ਦੇ ਵਿੱਚ ਪਿਛਲੇ ਦਿਨ ਨਹੀਂ ਰਿਹਾ ਆਸਟ੍ਰੇਲੀਆ ਦੇ ਵਿੱਚ ਇੱਕ ਹਾਦਸੇ ਦੇ ਵਿੱਚ ਦੀ ਮੌਤ ਹੋ ਗਈ ਹੈ ਇਸ ਇਲਾਕੇ ਦਾ ਮਾਰ ਸੀ ਬਿਲਕੁਲ ਮਨਮੀਤ ਸਿੰਘ ਅਲੀ ਸ਼ੇਰ ਦੇ ਨਾਲ ਪਿਛਲੇ ਦਿਨ ਆਸਟ੍ਰੇਲੀਆ ਦੇ ਇੱਕ ਹਾਦਸੇ ਦੇ ਵਿੱਚ ਦਹਾਂਤ ਹੋ ਗਿਆ ਬੜਾ ਉਮਰ ਦਾ ਕਵੀ ਤੇ ਗਾਇਕ ਸੀ ਮਾਨ ਸੀ ਇਸ ਇਲਾਕੇ ਦਾ ਉਸ ਨੂੰ ਵੀ ਅੱਜ ਅਸੀਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਬੜਾ ਸੋਹਣਾ ਜਿਹੜਾ ਮੁਕਾਬਲਾ ਹੈ ਉਹ ਚੱਲਦਾ ਹੋਇਆ ਦੋਨਾਂ ਟੀਮਾਂ ਦਰਮਿਆਨ ਆਖਰੀ ਕੁਆਟਰ ਦੀ ਦਰਾਂ ਦੇ ਉੱਪਰ ਖੇਡ ਹੈ ਜਿਹੜੀ ਉਹ ਪਹੁੰਚ ਚੁੱਕੀ ਹੈ ਸਿਰਫ ਇੱਕ ਕੁਆਟਰ ਬਾਕੀ ਹੈ ਔਰ ਮੈਚ ਦਾ